ਵਾਲੇਕੁਮ ਸਾਰਿਆਂ ਨੂੰ ਇੱਕ ਨਵੀਂ ਵੀਡੀਓ ਦੇ ਵਿੱਚ, ਅਤੇ ਅੱਜ ਆਪਾਂ ਯਾਰ ਟਰੈਕਟਰ ਬਾਹਰ ਕੱਢ ਲਿਆ 14 ਅਗਸਤ ਆ, ਆਪਾਂ ਉਹ ਚੱਲੇ ਹਾਂ 14 ਅਗਸਤ ਵਾਸਤੇ। ਠੀਕ ਹੈ, ਸਾਹਮਣੇ ਚੈੱਕ ਕਰ ਲਓ ਟਰੈਕਟਰ ਨੂੰ, ਆਪਾਂ ਸਟਾਰਟ ਵਗੈਰਾ ਕਰ ਲਿਆ, ਝੰਡਾ ਝੰਡਾ ਲਾ ਲਿਆ, ਮੁੰਡੇ ਨੇ ਬਾਜਾ ਫੜ ਲਿਆ, ਇਹਨੂੰ ਬਹੁਤ ਮਨਾ ਕੀਤਾ ਬਾਜੇ ਤੋਂ, ਪਰ ਬਾਜਾ ਵਜਾਉਣਾ ਨਹੀਂ ਹਟਿਆ। ਚਲੋ ਚੱਲਦੇ ਹਾਂ, ਅੱਜ ਆ ਕੇ ਰੀਲਾਂ ਸ਼ੀਲਾਂ ਬਣਾਉਂਦੇ ਹਾਂ, 2-4 ਵੀਡੀਓ ਬਣਾਉਂਦੇ ਹਾਂ ਅਤੇ ਘਰ ਆਵਾਂਗੇ ਵਾਪਸ। ਕਰ ਲਓ ਟਰੈਕਟਰ ਦੀ, ਅਤੇ ਅੱਗੇ ਝੰਡਾ ਲਾਇਆ, ਬਾਕੀ ਤੁਹਾਨੂੰ ਰੀਲਾਂ ਬਣਾ ਕੇ ਚੈੱਕ ਕਰ। ਲਓ ਜੀ, ਆਪਾਂ ਭਜਾ ਕੇ ਟਰੈਕਟਰ ਲਿਆਂਦਾ ਸੀ ਉਦੋਂ, ਅਤੇ ਤਕਰੀਬਨ ਇਹ ਯਾਰ ਇਹਦਾ ਇੱਕ ਮਸਲਾ ਬਣਿਆ ਕਿ ਇੱਥੇ ਥੋੜ੍ਹਾ ਜਿਹਾ ਬੰਪਰ ਲੱਗਾ ਹੁੰਦਾ ਨਾ ਅੱਗੇ, ਅਤੇ ਫਿਰ ਜ਼ਿਆਦਾ ਕੰਮ ਅੱਛਾ ਬਣ ਜਾਣਾ ਸੀ, ਅਤੇ ਇਹਨੇ ਸਹੀ ਉੱਡਣਾ ਸੀ, ਅਤੇ ਹੁਣ ਇਹਦਾ ਵਜ੍ਹਾ ਬਣਿਆ ਇਹ ਕਿ ਇੱਥੇ ਸਹੀ ਉੱਡਣ ਨਹੀਂ ਦਿਆ। ਉਸ ਤੋਂ ਬਾਅਦ ਆਪਾਂ ਖੁੱਲ੍ਹੇ ਮੈਦਾਨ 'ਚ ਆ ਗਏ ਹਾਂ, ਅਤੇ ਜੇ ਇਸ ਵੀਡੀਓ 'ਤੇ ਪੂਰੇ 110 ਲਾਈਕ ਹੋ ਗਏ ਨਾ, ਫਿਰ ਆਪਾਂ ਸਟੰਟਾਂ ਵਾਲੇ ਵੀ ਕੰਮ ਸ਼ੁਰੂ ਕਰ ਦਾਂਗੇ। ਫਿਲਹਾਲ ਆਪਾਂ ਸਟੰਟਾਂ ਵਾਲੇ ਕੰਮ ਸ਼ੁਰੂ ਨਹੀਂ ਕਰਨੇ, ਅਤੇ ਚਲੋ ਪਹਿਲੇ ਆਪਾਂ ਵੀਡੀਓ ਬਣਾਉਂਦੇ ਹਾਂ। 385 ਦੀਆਂ ਬ੍ਰੇਕਾਂ ਮਾਰ ਕੇ ਚੈੱਕ ਕਰਦੇ ਹਾਂ, ਠੀਕ ਆ, ਅੱਜ ਦਾ ਵੀਡੀਓ ਇਹਦੇ 'ਤੇ ਬਣੇਗੀ, ਅਤੇ ਦੋਸਤ ਵਗੈਰਾ ਆ ਚੁੱਕੇ ਆਪਣੇ, ਅਤੇ ਇਹਨਾਂ ਦਾ ਜਿਹੜਾ ਟਰੈਕਟਰ ਹੈ ਨਾ, ਉਹਦੇ ਨਾਲ ਆਪਾਂ ਅੱਜ ਹਲਕਾ ਫੁਲਕਾ ਟੋਚਨ ਕਰਨਾ ਸੀਗਾ, ਪਰ ਇਹਨਾਂ ਜਿਹੜਾ ਟਰੈਕਟਰ ਹੈ ਨਾ ਉਹ ਗਿਆ ਹੈਗਾ ਵਾ। ਅੱਜ ਕਿੱਥੇ ਗਿਆ ਬਾਈ? ਪਹਿਲੀਵਾਨ ਗਿਆ ਹੈਗਾ, ਠੀਕ ਆ, ਕਿਉਂਕਿ ਦਰਅਸਲ ਮਸਲਾ ਭਲਾ ਕੀ ਹੈ ਯਾਰ, ਇਹਦੇ ਨਾਲ ਦਾ ਜਿਹੜਾ ਟਰੈਕਟਰ ਹੈ ਨਾ, ਸਿਰਫ ਆਪਣੇ ਗਾਓਂ ਦੇ ਵਿੱਚ ਨਾ ਦੋ ਆ, ਆਪਣੇ ਉਸ ਇਲਾਕੇ ਦੇ 48 ਦੇ ਵਿੱਚ ਵੀ ਇੱਕ ਆ, ਇੱਕ ਅੱਧਾ ਇੱਕ ਹੀ ਆ ਮੈਂ, ਹੈ ਨਾ, ਇੱਕ ਆ ਨਾ, ਹਾਂ ਇੱਕ ਆ, ਇਹਦੇ ਨਾਲ ਦਾ ਕੋਈ ਟਰੈਕਟਰ ਹੈ ਨਹੀਂ, ਅਤੇ ਆਪਾਂ ਕਿਸੇ ਨਾਲ ਟੋਚਨ ਪਾ ਨਹੀਂ ਸਕਦੇ, ਵਜ੍ਹਾ ਆ ਵਾ। ਉਹ ਜਾਨੀ ਸੀਗਾ, ਜਾਨੀ ਇੱਥੋਂ ਚਲੇ ਗਿਆ ਵਾ ਉਹ ਗਾਓਂ ਛੱਡ ਕੇ, ਅਤੇ ਉਹਦੇ ਕੋਲ ਕਿਸੇ ਦਿਨ ਜਾ ਕੇ ਉੱਥੇ ਟੋਚਨ ਪਾਵਾਂਗੇ ਉੱਥੇ ਲਿਜਾ ਕੇ, ਠੀਕ ਆ, ਟਰੈਕਟਰ ਨੂੰ। ਫਿਲਹਾਲ ਆਪਾਂ ਇੱਥੇ ਇਹਨੂੰ ਨਾ ਥੋੜ੍ਹੀਆਂ 2-4 ਬ੍ਰੇਕਾਂ ਮਾਰਦੇ ਹਾਂ, ਨਾਲੇ 14 ਅਗਸਤ ਸੀ, ਟਰੈਕਟਰ ਬਾਹਰ ਕੱਢਿਆ, ਅਤੇ ਹਵਾ ਵੀ ਅੱਛੀ ਚੱਲਣ ਦੀ ਇੱਥੇ, ਅਤੇ ਆਹ ਜਿਹੜੀ ਮੈਦਾਨ ਆਉਣਾ ਇਹ ਆਪਣਾ ਹੁਣ ਬਣੇਗਾ ਵਲੋਗਿੰਗ ਵਾਸਤੇ, ਮੈਂ ਜਿੱਦਣ ਕੋਈ ਟੋਚਨ ਸ਼ੋਚਨ ਕਰਨਾ ਹੋਇਆ, ਕੋਈ ਬ੍ਰੇਕਾਂ ਸ਼ਰੇਕਾਂ ਮਾਰਨੀਆਂ ਹੋਈਆਂ, ਇੱਥੇ ਆਇਆ ਕਰਾਂਗੇ।